ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪਾਕਿਸਤਾਨ ਦੇ ਇੱਕ ਅਜੀਬੇ ਇਲਾਕੇ ਬਾਰੇ ਜਿੱਥੇ ਬਿਨਾ ਪੱਗ ਤੋਂ ਦਾਖਲ ਦੀ ਸਖਤ ਮਨਾਹੀ ਹੈ ਤੇ ਉੱਥੇ ਤੁਸੀਂ ਬਿਨਾ ਪੱਗ ਬੰਨੇ ਤੋਂ ਦਾਖਲ ਨਹੀਂ ਹੋ ਸਕਦੇ ਇਹ ਉਸ ਇਲਾਕੇ ਦੀ ਇੱਕ ਸੱਭਿਆਚਾਰਕ ਰੀਤ ਹੈ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਦੇ ਜ਼ਿਲ੍ਹਾ ਡੇਰਾ ਇਸਮਾਇਲ ਖਾਨ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਇੱਕ ਅਜਿਹਾ ਪਿੰਡ ਹੈ ਜਿੱਥੇ ਤੁਸੀਂ ਬਿਨਾ ਪੱਗ ਦੇ ਨਹੀਂ ਜਾ ਸਕਦੇ। ਇੱਕ ਵਿਸ਼ਾਲ ਇਲਾਕਾ ਅਸਤੂਰੀਆਨੀ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਮੁੱਖ ਪਿੰਡ ਕੜੀ ਸਮੋਜਾਈ ਹੈ ਜਿੱਥੇ ਪੱਗ ਬੰਨਣ ਦੀ 400 ਸਾਲ ਪੁਰਾਣੀ ਰੀਤ ਅੱਜ ਵੀ ਕਾਇਮ ਹੈ। ਇਸ ਮੁੱਚੇ ਇਲਾਕੇ ਵਿੱਚ ਕੋਈ ਵੀ ਵਿਅਕਤੀ ਭਾਵੇਂ ਉਹ ਇੱਥੇ ਦਾ ਵਸਨੀਕ ਹੋਵੇ ਜਾਂ ਪਰਦੇਸੀ ਸਿਰ ਤੇ ਪੱਗ ਬੰਨ ਕੇ ਹੀ ਇਸ ਖੇਤਰ ਵਿੱਚ ਦਾਖਲ ਹੋ ਸਕਦਾ ਹੈ। ਨਹੀਂ ਤਾਂ ਇਸ ਖੇਤਰ ਵਿੱਚ ਨੰਗੀ ਸਿਰ ਵਾਲੀ ਵਿਅਕਤੀ ਤੇ ਦਾਖਲੇ ਦੀ ਸਖਤ ਮਨਾਹੀ ਹੈ। ਮਨ ਲਓ ਜੇਕਰ ਕੋਈ ਵਿਅਕਤੀ ਬਿਨਾਂ ਪੱਗ ਬੰਨੇ ਇਸ ਖੇਤਰ ਵਿੱਚ ਦਾਖਲ ਹੁੰਦਾ ਹੈ ਤਾਂ ਸਥਾਨਕ ਲੋਕ ਉਸ ਨੂੰ ਇਸ ਰਸਮ ਬਾਰੇ ਸੂਚਿਤ ਕਰਦੇ ਹਨ ਜੇਕਰ ਕਿਸੇ ਯਾਤਰੀ ਕੋਲ ਸਿਰ ਢੱਕਣ ਲਈ ਕੁਝ ਨਾ ਹੋਵੇ ਤਾਂ ਸਥਾਨਕ ਲੋਕ ਉਸ ਨੂੰ ਪੱਗ ਪ੍ਰਦਾਨ ਕਰ ਦਿੰਦੇ ਹਨ ਜੇਕਰ ਕੋਈ ਵਿਅਕਤੀ ਪੱਗ ਬੰਨਣ ਤੋਂ ਫਿਰ ਵੀ ਇਨਕਾਰ ਕਰਦਾ ਹੈ ਤਾਂ ਸਥਾਨਕ ਲੋਕ ਉਸ ਨੂੰ ਫੜ ਕੇ ਇਲਾਕੇ ਦੇ ਪਤਵੰਤਿਆਂ ਕੋਲ ਲੈ ਜਾਂਦੇ ਹਨ ਅਤੇ ਫਿਰ ਇਲਾਕੇ ਦੇ ਪਤਵੰਤ ਹੀ ਉਸ ਨੂੰ ਅ제ਹਾ ਕਰਨ ਲਈ ਮਨਾ ਲੈਂਦੇ ਹਨ ਇਸ ਤੋਂ ਬਾਅਦ ਉਸ ਨੂੰ ਪੱਗ ਬੰਨ ਦਿੱਤੀ ਜਾਂਦੀ ਹੈ ਇਸ ਖੇਤਰ ਵਿੱਚ ਦਾਖਲ ਹੋਣ ਲਈ ਕਿਹਾ ਜਾਂਦਾ ਹੈ ਇਸ ਖੇਤਰ ਵਿੱਚ ਘੱਟ ਜਾਂ ਵੱਧ 18 ਪਿੰਡ ਆਉਂਦੇ ਹਨ ਇੱਥੇ 80% ਪਠਾਨ ਲੋਕ ਅਤੇ 20% ਪੰਜਾਬੀ ਲੋਕ ਰਹਿੰਦੇ ਹਨ ਉਹ ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਪਿੰਡ ਦੇ ਅੰਦਰ ਬੁੱਢੇ ਅਤੇ ਨੌਜਵਾਨ ਸਭ ਨੇ ਆਪਣੇ ਸਿਰ ਪੱਗਾਂ ਨਾਲ ਢਕੇ ਹੁੰਦੇ ਹਨ ਕਿਉਂਕਿ ਇਹ ਉਹਨਾਂ ਦੇ ਬਜ਼ੁਰਗਾਂ ਦਾ ਬਹੁਤ ਹੀ ਪੁਰਾਣਾ ਸੱਭਿਆਚਾਰ ਹੈ ਤੇ ਅੱਜ ਵੀ ਉਹ ਇਸ ਸੱਭਿਆਚਾਰ ਤੇ ਕਾਇਮ ਹਨ ਸੋ ਦੋਸਤੋ ਇਹ ਤਾਂ ਸੀ ਜਾਣਕਾਰੀ ਪਾਕਿਸਤਾਨ ਦੇ ਖੈਬਰ ਪਖਤੂਨ ਇਲਾਕੇ ਬਾਰੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਇਸੇ ਤਰ੍ਹਾਂ ਦੀਆਂ ਜਾਣਕਾਰੀ ਪ੍ਰਾਪਤ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ